ਧੰਨ ਧੰਨ ਬਾਬਾ ਸ਼੍ਰੀ ਚੰਦ ਜੀ। ਕੋਈ ਇਨਸਾਨ ਸਰਵ ਸ਼ਕਤੀਮਾਨ ਪਰਮਾਤਮਾ ਦੀ ਪੂਜਾ ਕਰਦਾ ਹੈ ਅਤੇ ਕੋਈ ਇਨਸਾਨ ਪਰਮਾਤਮਾ ਰੂਪੀ ਮੂਰਤੀ ਦੀ ਪੂਜਾ ਕਰਦਾ ਹੈ। ਉਸ ਨੂੰ ਪਰਮਾਤਮਾ ਮੂਰਤੀ ਵਿੱਚ ਵੀ ਦਿਖਾਈ ਦਿੰਦਾ ਹੈ। ਕਈ ਇਨਸਾਨ ਮੂਰਤੀ ਦਾ ਵਿਰੋਧ ਕਰਦੇ ਹਨ, ਪਰ ਇਸ ਗੱਲ ਦਾ ਕੋਈ ਵੀ ਉੱਤਰ ਨਹੀਂ ਦੇ ਸਕਦਾ ਕਿ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਹਿਲ ਕਿਸ ਨੂੰ ਮਿਲੇਗੀ। ਉਸ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਤਾਂ ਚੰਗੇ ਕਰਮ ਦੇਖੇ ਜਾਣੇ ਹਨ, ਨਾ ਕਿ ਮੂਰਤੀ ਪੂਜਾ ਜਾਂ ਪਰਮਾਤਮਾ ਦੀ ਪੂਜਾ। ਪਰਮਾਤਮਾ ਨੇ ਜਾ ਕੇ ਇਹ ਹੀ ਪੁੱਛਣਾ ਹੈ ਕਿ ਤੁਸੀਂ ਕਿਹੜੇ ਚੰਗੇ ਕੰਮ ਕੀਤੇ ਅਤੇ ਨੇਕ ਕੰਮਾਂ ਦਾ ਹੀ ਹਿਸਾਬ ਹੋਣਾ ਹੈ। ਪਰਮਾਤਮਾ ਉਸ ਨੂੰ ਸਭ ਸੁੱਖ ਦਿੰਦੇ ਹਨ ਜੋ ਦੂਸਰਿਆਂ ਲਈ ਆਪਣਾ ਜੀਵਨ ਬਤੀਤ ਕਰਦਾ ਹੈ ਅਤੇ ਦੂਸਰਿਆਂ ਨੂੰ ਖੁਸ਼ੀ ਦੇਣ ਵਾਸਤੇ ਹਮੇਸ਼ਾ ਤਤਪਰ ਰਹਿੰਦਾ ਹੈ। ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ।